ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬੀਆਂ ਨੂੰ ਸ਼ੈਰੀਮਾਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਦਿਨਾਂ ਤੋਂ ਵੇਟ ਕਰ ਰਹੇ ਸੀ ਮੇਰੇ ਫੈਨਸ ਕਿ ਮੈਂ ਫਿਲਮਾਂ ਦੇ ਵਿੱਚ ਕਦੋਂ ਆਊਂਗਾ ਸੋ ਫਾਈਨਲੀ ਹੁਣ ਮੈਂ ਇੱਕ ਫਿਲਮ ਸਾਈਨ ਕੀਤੀ ਜਿਹੜੀ ਕਿ ਮੈਨੂੰ ਬਹੁਤ ਵਧੀਆ ਲੱਗੀ ਸਟੋਰੀ ਬਹੁਤ ਵਧੀਆ ਤੁਸੀਂ ਵੀ ਦੇਖੋਗੇ ਤੁਹਾਨੂੰ ਵਧੀਆ ਲੱਗੂਗੀ ਸੋ ਉਮੀਦ ਕਰ ਰਹੇ ਹਾਂ ਕਿ ਫਿਲਮਾਂ ਦੇ ਵਿੱਚ ਵੀ ਓਨਾ ਹੀ ਪਿਆਰ ਦਿਉਂਗੇ ਕਿਉਂਕਿ ਆਲਰੇਡੀ ਤੁਸੀਂ ਐਲਬਮਸ 2 ਹਿੱਟ ਕਰਤੀਆਂ ਹੁਣ ਹਰ ਇੱਕ ਦਾ ਹੀ ਮੈਸੇਜ ਆਉਂਦਾ ਸੀ ਕਿ ਬਾਈ ਫਿਲਮਾਂ ਕਦੋਂ ਕਰ ਰਹੇ ਹਾਂ ਸੋ ਬਹੁਤ ਜਲਦੀ ਫਿਲਮ ਲੈ ਕੇ ਆ ਰਹੇ ਹਾਂ ਸੋ ਉਮੀਦ ਹੈ ਪਸੰਦ ਆਊਗੀ ਅਤੇ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ ਅਦਿੱਤਿਆ ਫਿਲਮਸ ਤੋਂ ਮਿਸਟਰ ਅਦਿੱਤਿਆ ਸੂਦ ਸੋ ਗੁੱਡ ਲੱਕ ਸਾਨੂੰ ਸਾਰਿਆਂ ਨੂੰ ਦੇ ਦਿਓ ਥੈਂਕ ਯੂ ਵੈਰੀ ਮੱਚ ਐਕਸ਼ਨ ਮੇਰਾ ਨਾਮ ਹੈ ਜੀ ਆਦਿੱਤਿਆ ਸੂਦ ਮੈਂ ਇੱਕ ਛੋਟੀ ਜਿਹੀ ਫਿਲਮ ਬਣਾ ਰਿਹਾ ਜਿਹਦਾ ਫਿਲਮ ਦਾ ਨਾਮ ਹੈਗਾ ਓਏ ਹੋਏ ਪਿਆਰ ਹੋ ਗਿਆ ਆ ਪਿਆਰ ਹੋ ਗਿਆ ਸਾਡੇ ਸ਼ੈਰੀ ਬਾਈ ਨੂੰ ਇੱਕ ਕੁੜੀ ਦੇ ਨਾਲ ਆਹ ਬੈਠੀ ਜੀ ਦੇਖੋ ਉੱਥੇ ਨਿਹਾਰਿਕਾ ਆਪਾਂ ਕੈਮਰਾ ਇੱਥੇ ਲੈ ਕੇ ਜਾਂਦੇ ਹਾਂ ਜੀ ਇਹ ਦੇਖੋ ਇਹ ਬੜੀ ਖੂਬਸੂਰਤ ਲੜਕੀ ਹੈ ਜੀ ਮੇਰਾ ਕੈਮਰਾਮੈਨ ਚਿੱਲਾ ਰਿਹਾ ਹੈ ਮੁੰਜੇ ਵਾਸਤੇ ਜਾਣਾ ਪੜੇਗਾ ਇਹ ਜੀ ਨਿਹਾਰਿਕਾ ਜੀ ਬਹੁਤ ਅੱਛੀ ਨਿਹਾਰਿਕਾ ਜੀ ਕੁਛ ਬੋਲੀਏ ਨਾ ਆਪ ਕੁਛ ਮਤਲਬ ਪੰਜਾਬੀ 'ਚ ਬੋਲੋ ਜਾਂ ਹਿੰਦੀ 'ਚ ਚੰਗੇ ਭਲੇ ਪਰਸਨਲ ਕੈਸਾ ਲੱਗ ਰਿਹਾ ਤੁਹਾਨੂੰ ਕੈਸਾ ਲੱਗ ਰਿਹਾ ਹੈਗਾ ਜੀ ਮੈਨੂੰ ਬਹੁਤ ਹੀ ਵਧੀਆ ਲੱਗ ਰਿਹਾ ਤੁਹਾਡੇ ਨਾਲ ਕੰਮ ਕਰਕੇ ਅੱਛਾ ਜੀ ਇਹਨਾਂ ਨੂੰ ਬੜਾ ਅੱਛਾ ਲੱਗਿਆ ਜੀ ਮੇਰੇ ਨਾਲ ਕੰਮ ਕਰਕੇ ਅਤੇ ਮੈਂ ਰਾਣਾ ਭਾਜੀ ਨਹੀਂ ਪੁੱਛਦਾ ਭਾਜੀ ਕੋਈ ਪ੍ਰੋਬਲਮ ਤਾਂ ਨਹੀਂ ਹੋਈ ਸੈੱਟ 'ਤੇ ਮੇਰੇ ਕੋਲੋਂ ਕੋਈ ਗਲਤੀ ਤਾਂ ਨਹੀਂ ਹੋਈ ਨਹੀਂ ਮੈਨੂੰ ਇਸ ਵਾਰ ਬਹੁਤ ਭੈੜਾ ਲੱਗ ਰਿਹਾ ਸੀ ਪਰਸਨਲ ਗੱਲਾਂ ਕਰ ਰਹੇ ਸੀ ਤੁਸੀਂ ਵਿੱਚ ਦੀ ਅਚਾਨਕ ਆ ਗਏ ਚਲੋ ਫਿਰ ਵੀ ਡਾਇਰੈਕਟਰ ਮੈਂ ਇਹਨਾਂ ਦੀ ਇੱਜ਼ਤ ਕਰਦਾ ਸੋ ਇਹ ਸਾਡੇ ਆਦਿੱਤਿਆ ਸੂਦ ਸਾਡੇ ਡਾਇਰੈਕਟਰ ਨੇ ਜੀ ਪਿਆਰ ਨਾਲ ਅਸੀਂ ਸ਼ੈਰੀ ਬਾਈ ਇਹਨਾਂ ਨੂੰ ਦਿੱਤੂ ਕਹਿੰਦੇ ਆ ਸੋ ਬੜਾ ਪਿਆਰਾ ਬੰਦਾ ਅਤੇ ਸਾਡਾ ਫੈਮਿਲੀ ਮਾਹੌਲ ਬਣਿਆ ਹੋਇਆ ਫਨ ਕਰ ਰਹੇ ਹਾਂ ਅਸੀਂ ਇੱਥੇ ਚੰਡੀਗੜ੍ਹ ਕੋਲ ਤੂੰ ਵੀ ਖੜੀ ਹੋ ਜਾ ਨਾ ਮੜ ਜਾ ਨਹੀਂ ਹਾਂਜੀ ਇਹ ਮੇਰੇ ਹੱਕ ਦੇ ਵਿੱਚ ਖੜੀ ਹੋ ਗਈ ਹੁਣ ਦੂਜੀ ਗੱਲ ਹੈ ਜੀ ਮੇਰਾ ਕੈਮਰਾਮੈਨ ਦੇਖੋ ਚਲਾ ਰਹੇ ਹਾਂ ਸ਼ੈਰੀ ਭਾਜੀ ਉੱਤੇ ਸੈੱਟ 'ਤੇ ਪਹੁੰਚ ਗਏ ਹਾਂ ਅਤੇ ਸ਼ੈਰੀ ਭਾਜੀ ਆ ਗਏ ਹਾਂ ਸ਼ੈਰੀ ਭਾਜੀ ਆ ਗਏ ਹਾਂ ਅਤੇ ਲਓ ਆਪਾਂ ਸ਼ੈਰੀ ਭਾਜੀ ਕੋਲ ਚੱਲਦੇ ਹਾਂ ਆਜੋ 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 ਲਓ ਜੀ ਸ਼ੈਰੀ ਭਾਜੀ ਆ ਗਏ ਹਾਂ ਲਾਈਟ ਵੀ ਦੇਖ ਲਈਏ ਲਾਈਟ ਲਾਈਟ ਦੇਖ ਲਈਏ ਆ ਜੀ ਸ਼ੈਰੀ ਭਾਜੀ ਇਹਨਾਂ ਨੂੰ ਪਿਆਰ ਹੋ ਗਿਆ ਜੀ ਪਰ ਪਿਆਰ ਦਾ ਇਜ਼ਹਾਰ ਕਰਨਾ ਬੜਾ ਮੁਸ਼ਕਿਲ ਹੈ ਇਹਦੇ ਨਾਲ ਹੋ ਗਿਆ ਤੂੰ ਆ ਜਾ ਨਾ ਯਾਰ ਇਸ ਦੇ ਨਾਲ ਪਿਆਰ ਦੇਖੋ ਜੀ ਇਹਦੇ ਨਾਲ ਪਿਆਰ ਮੈਨੂੰ ਵੀ ਹੈ ਪਰ ਮੈਂ ਅੱਗੇ ਇੱਧਰ ਪਾਸ ਆਊਟ ਕਰਤਾ ਸੀਗਾ ਜੀ ਰਾਣੇ ਭਾਜੀ ਕੰਨੀ ਫਿਰ ਰਾਜੇ ਭਾਜੀ ਨੇ ਰਾਣੇ ਭਾਜੀ ਨੇ ਇੱਧਰ ਪਾਸ ਆਊਟ ਕਰਤਾ ਜੀ ਇੱਧਰ ਸ਼ੈਰੀ ਭਾਜੀ ਦੇ ਆਪ ਨਹੀਂ ਹੁਣ ਮੈਂ ਕੋਈ ਬਾਲ ਜੋ ਮੈਨੂੰ ਪਾਸ ਕਰ ਰਹੇ ਹੋ ਨਹੀਂ ਜੀ ਬਾਲ ਨਹੀਂ ਹੈ ਜੀ ਅਸੀਂ ਤਾਂ ਸਿਰਫ ਬਾਸਕਟਬਾਲ ਸਮਝਦੇ ਜਿਹੜਾ ਹੱਥ ਮਾ ਫੜ ਕੇ ਰੱਖੀ ਦੀ ਹੈ 24 ਘੰਟੇ ਵਾਸਤੇ ਤੇ ਇਹ ਮੇਰੀ ਗੱਲ ਸੁਣੋ ਇਹ ਉਹੀ ਹੈ ਫਰਕ ਬੜੇ ਨੇ ਪੁਰ ਜਾਵੇ ਤੇ ਮੇਰੇ ਹਾਲਾਤਾਂ ਦੇ ਯੰਕ ਨੇ ਇਹ ਪਹਿਲਾਂ ਤਾਂ ਇਹਦੀ ਇਹਨੂੰ ਪੰਜਾਬੀ ਇਹਦੀ ਅਸੀਂ ਹੌਲੀ ਹੌਲੀ ਸੁਧਾਰ ਰਹੇ ਹਾਂ ਹਜੇ ਤਾਂ ਇਹ ਸਾਡੇ ਪਿੰਡ ਵਾਲੇ ਨਾਈ ਵਾਂਗੂ ਬੋਲਦੀ ਹੈ ਪਰ ਹੌਲੀ ਹੌਲੀ ਇਹਨੂੰ ਪੂਰਾ ਫੁੱਲ ਪੰਜਾਬੀ 'ਚ ਬੋਲਣ ਲਾ ਦਾਂਗੇ ਅਸੀਂ ਉਹ ਪੁੱਛ ਰਹੇ ਸੀ ਕਹਿੰਦੇ ਕੰਮ ਕਰਕੇ ਮੇਰੇ ਨਾਲ ਕਿੱਦਾਂ ਦਾ ਲੱਗਿਆ ਜੀ ਮੇਰੇ ਨਾਲ ਭਾਜੀ ਨੇ ਬਹੁਤ ਵਧੀਆ ਸ਼ੁਰੂਆਤ ਦਿੱਤੀ ਹੈ ਸ਼ੈਰੀ ਭਾਜੀ ਓਏ ਹੋਏ ਪਿਆਰ ਹੋ ਗਿਆ ਉਹ ਵੀ ਸੋਹਣੀ ਜੀ ਮੁਟਿਆਰ ਨਾਲ ਕਿੱਦਾਂ ਦਾ ਐਕਸਪੀਰੀਅੰਸ ਆ ਰਿਹਾ ਇਸ ਫਿਲਮ ਦਾ ਬਹੁਤ ਵਧੀਆ ਜੀ ਅਤੇ ਆਹ ਡਾਇਰੈਕਟਰ ਸਾਹਿਬ ਨੇ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਨੂੰ ਸ਼ੈਰੀ ਮਾਨ ਦੇ ਨਾਲ ਕੰਮ ਕਰਕੇ ਕਿਹੋ ਜਿਹਾ ਲੱਗਿਆ ਸੀਰੀਅਸ ਗੱਲ ਕਰਦਾ ਜੀ ਚਸ਼ਮਾ ਉਤਾਰ ਕੇ ਕਿ ਗੱਲ ਸਾਰੇ ਬੰਦੇ ਸੋਚ ਰਹੇ ਹਾਂ ਕਿ ਐਕਟਿੰਗ 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 ਸ਼ੈਰੀ ਭਾਅ ਜੀ ਪਹਿਲੀ ਵਾਰੀ ਮਿਲੇ ਸੀਗੇ ਇਹ ਕਹਿੰਦੇ ਯਾਰ ਮੇਰੇ ਤੋਂ ਕਾਹਨੂੰ ਐਕਟਿੰਗ ਕਰਵਾਉਂਦੇ ਹੋ ਪਰ ਇਹ ਗੱਲ 100% ਲਿਖ ਕੇ ਦਿੰਦੇ ਹਾਂ ਜੀ ਮੇਰੀ ਫਿਲਮ ਕਰਕੇ ਨਹੀਂ ਕਹਿੰਦਾ ਸ਼ੈਰੀ ਪੰਜਾਬੀ ਇੰਡਸਟਰੀ ਦੇ ਵਿੱਚ ਜੋ ਐਕਟਿੰਗ ਲੈ ਕੇ ਆ ਰਿਹਾ ਉਹ ਰਿਕਾਰਡ ਤੋੜ ਦੇਗਾ ਮਤਲਬ ਹੀ ਇਜ਼ ਅ ਐਬਸੋਲੂਟਲੀ ਵੰਡਰਫੁਲ ਐਕਟਰ ਵਾਹ ਜੀ ਵਾਹ ਵਾਹ ਜੀ ਹੈਰੀ ਤੇ ਸ਼ੈਰੀ ਦੀ ਜੋੜੀ ਸਲਾਮੀ ਕਿੰਨਾ ਜਾ ਰਹੀ ਹੈ ਹਾਂਜੀ ਜੋੜੀ ਹੈਰੀ ਹੈਰੀ ਸ਼ੈਰੀ ਇਸ ਫਿਲਮ ਦੇ ਵਿੱਚ ਮਤਲਬ ਸ਼ੈਰੀ ਇੰਸਪੈਕਟਰ ਹੁੰਦਾ ਔਰ ਮੈਂ ਟ੍ਰੈਫਿਕ ਪੁਲਿਸ ਵਿੱਚ ਭਰਤੀ ਹੋਇਆ ਹੁੰਦਾ ਅਸੀਂ ਇਕੱਠੇ ਪੜ੍ਹਦੇ ਹਾਂ ਅਤੇ ਅਚਾਨਕ 10 ਸਾਲਾਂ ਬਾਅਦ ਅਸੀਂ ਮਿਲਦੇ ਹਾਂ ਇੱਕ ਦੂਜੇ ਨੂੰ ਥਾਣੇ ਦੇ ਵਿੱਚ ਇੱਕ ਥਾਣੇ ਵਿੱਚ ਸਾਡੀ ਅਪਾਇੰਟਮੈਂਟ ਹੁੰਦੀ ਹੈ ਇਹ ਕਹਾਣੀ ਬਿਲਕੁਲ ਨਹੀਂ ਹੈਗੀ ਇਹ ਕਹਾਣੀ ਬਿਲਕੁਲ ਨਹੀਂ ਹੈਗੀ ਅਸਲ 'ਚ ਗੱਲ ਕੀ ਹੁੰਦੀ ਹੈ ਕਿ ਸਾਡੀ ਲੜਾਈ ਹੋ ਜਾਂਦੀ ਹੈ ਅਸੀਂ ਬੰਦੂਕ ਆਹ ਫੜ ਲਓ ਯਾਰ ਚੱਲ ਚੁੱਲ ਜਾਂਦੀ ਹੁੰਦੀ ਕਈ ਵਾਰੀ ਖਾਲੀ ਅਤੇ ਸਾਡੀ ਅਸੀਂ ਸਾਡਾ ਇਸ ਐਕਚੁਲੀ ਲੜਾਈ ਹੁੰਦੀ ਹੈ ਸਾਡੀ ਰਿਸ਼ਵਤ ਦੇ ਪੈਸਿਆਂ ਪਿੱਛੇ ਇਹ 100 ਵੱਧ ਰੱਖ ਲੈਂਦਾ ਮੈਂ 100 ਘੱਟ ਰੱਖਦਾ ਇਹ ਵੀ ਕਹਾਣੀ ਬਿਲਕੁਲ ਨਹੀਂ ਹੈਗੀ ਅਸਲ ਕਹਾਣੀ ਦਾ ਨਿਹਾਰਿਕਾ ਨੂੰ ਪਤਾ ਹੈ ਨਿਹਾਰਿਕਾ ਹਿੰਦੀ 'ਚ ਇਹ ਪੰਜਾਬੀ 'ਚ ਦੱਸੇਗਾ ਪੂਰੀ ਪੂਰੀ ਕਹਾਣੀ ਡਿਸਕਲੋਜ਼ ਕਰਨ ਵਾਲੀ ਹੈ ਨਿਹਾਰਿਕਾ ਓਏ ਹੋਏ ਪਿਆਰ ਹੋ ਗਿਆ
ਸ਼ਹਿਰੀ ਭਾਜੀ ਬੜੀ ਟਰਾਈਆਂ ਕਰਦੇ ਆ ਪਿਆਰ ਦਾ ਇਜ਼ਹਾਰ ਕਰਨ ਵਾਸਤੇ, ਭਾਜੀ ਇੱਕ ਵਾਰੀ ਕਰਕੇ ਦਿਖਾਓ ਨਾ ਕਿ ਮੈਂ ਰਾਣਾ ਭਾਜੀ ਰਾਣਾ ਹੋਏ ਪਿਆਰ ਹੋ ਗਿਆ, ਇੰਨੀਆਂ ਜ਼ਿਆਦਾ ਟਰਾਈਆਂ ਕਰਦਾ ਅੱਜ ਤੱਕ ਕਰੀ ਜਾਂਦਾ ਟਰਾਈਆਂ, ਮਤਲਬ ਪਿਆਰ ਦਾ ਇਜ਼ਹਾਰ ਕਰਨਾ ਬੜਾ ਮੁਸ਼ਕਿਲ ਹੈ ਜੀ, ਜਿਹਦੇ ਵਾਸਤੇ ਪੁਲਿਸ ਵੀ ਬੰਦੇ ਪਏ ਆ, ਬੜਾ ਕੁਝ ਬੰਦੇ ਪਏ ਆ ਇਸ ਫਿਲਮ ਦੇ ਵਿੱਚ, ਲੇਕਿਨ ਫਾਈਨਲੀ ਪਿਆਰ ਹੋ ਗਿਆ ਕਿ ਨਹੀਂ? ਹਜੇ ਤਾਂ ਨਹੀਂ ਹੋਇਆ ਗਾ, ਬਾਕੀ ਫਿਲਮ ਤੋਂ ਬਾਅਦ ਦੇਖਾਂਗੇ ਵੀ ਹੋਇਆ ਕਿ ਨਹੀਂ ਹੋਇਆ। ਬਿਹਾਈਂਡ ਦਾ ਸੀਨ ਹੋ ਗਿਆ? ਬਹੁਤ ਅੱਛਾ ਮਾਹੌਲ ਚੱਲ ਰਿਹਾ ਔਰ ਸ਼ਹਿਰੀ ਜਿਹੜੀ ਤੁਸੀਂ ਗੱਲ ਕੀਤੀ ਹੈ ਟੀਮ ਵਰਕ ਹੁੰਦਾ ਔਰ ਬਹੁਤ ਅੱਛੀ ਟੀਮ ਹੈ ਔਰ ਸ਼ਹਿਰੀ ਕਿਸ ਤਰ੍ਹਾਂ ਦਾ ਆਰਟਿਸਟ ਸਾਨੂੰ ਮਿਲ ਰਿਹਾ ਪੰਜਾਬ ਦੇ ਵਿੱਚ ਜਿਹੜਾ ਚੰਗੇ ਸਿੰਗਰ ਦੇ ਨਾਲ ਨਾਲ ਅੱਛਾ ਐਕਟਰ ਵੀ ਹੈ ਔਰ ਬੜੀ ਪਰਿਵਾਰਕ ਫਿਲਮ ਹੋਏਗੀ ਔਰ ਕਮੇਡੀ ਹੋਏਗੀ, ਤੁਹਾਨੂੰ ਤੜਕਾ ਹੋਏਗਾ, ਰੋਮਾਂਸ ਵੀ ਹੈ, ਐਕਸ਼ਨ ਵੀ ਹੈ। ਯੋਗਰਾਜ ਭਾਜੀ ਨੇ ਵਿੱਚ, ਜਿੰਮੀ ਸ਼ਰਮਾ ਹੈ ਇਹਦੇ ਵਿੱਚ, ਬਿੰਨੂ ਢਿੱਲੋਂ ਨੇ ਔਰ ਪੰਜਾਬ ਦੇ ਪੁੱਟੂ ਸ਼ਾਹ ਜੀ ਬੜੇ ਨਾਮਵਰ ਆਰਟਿਸਟ ਨੇ ਔਰ ਸਾਨੂੰ ਲੱਗਦਾ ਕਿ ਸਾਰੀ ਫੈਮਿਲੀ ਨਾਲ ਬਹਿ ਕੇ ਤੁਸੀਂ ਇੰਜੋਏ ਕਰੋਗੇ ਫਿਲਮ ਨੂੰ ਜੀ। ਪਹਿਲਾਂ ਇੱਕ ਮਿੰਟ, ਇਹ ਮੁੱਕਰ ਜਾਂਦੇ ਮੁੜ ਕੇ ਮੈਨੇਜਰ, ਜਿੰਨੀ ਜਿੰਨੀ ਇਹਨਾਂ ਨੇ ਤਾਰੀਫ ਕੀਤੀ ਇਹਨਾਂ ਦੇ ਪੈਸੇ ਦੇ ਪਹਿਲਾਂ ਤਾਂ। ਅੱਛਾ ਜੀ, ਹੁਣ ਅਸੀਂ ਭਾਜੀ ਵਾਕਈ ਭਾਜੀ ਆਪਾਂ ਤੁਹਾਡਾ ਹੁਣ ਸ਼ਾਰਟ ਦੇਖਿਆ, ਵਾਕਈ ਤਾਰੀਫੇ ਲੋਹੜੀ ਵਾਲੇ ਦਿਨ। ਦੂਜੀ ਗੱਲ ਅਸੀਂ ਇਹ ਕਹਿਣਾ ਚਾਹੁੰਦੇ ਕਿ ਐਂਡ ਮਾ ਰਟੀ ਰਟਾਈ ਗੱਲ ਬੋਲਦੇ ਨੇ ਸ਼ਰੀ, ਤੁਹਾਡਾ ਬੜਾ ਤੁਹਾਡਾ ਬੜਾ ਧੰਨਵਾਦ ਸਾਡੇ ਬਾਈ ਦਾ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੰਨੀ ਦੂਰ ਆਏ, ਖੇਤਾਂ ਚ ਆਏ ਤੇ ਇਹਨਾਂ ਨੂੰ ਚਾਹ ਚੂ ਵੀ ਪਹਿਲਾਂ ਦਾ ਪਿਆਓ ਸਾਡੇ ਬਾਈਆਂ ਨੂੰ, ਇੰਨੀ ਦੂਰ ਲੱਭਦੇ ਲਭਾਉਂਦੇ ਸਾਨੂੰ ਆਏ ਤੇ ਹੁਣ ਮੈਂ ਬੋਲ ਰਿਹਾ ਹੁਣ ਰੈਡੀ 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 ਤੇ ਬਹੁਤ ਬਹੁਤ ਲਵ ਯੂ ਹੈ ਸਾਰਿਆਂ ਨੂੰ ਤੇ ਸਾਰਿਆਂ ਨੂੰ ਗੁਜ਼ਾਰਿਸ਼ ਹੈ ਸਾਡੀ ਫਿਲਮ ਜ਼ਰੂਰ ਦੇਖਿਓ। ਜਿਹੜਾ ਕੁਛ ਇਹਨਾਂ ਨੇ ਦੱਸਿਆ ਅੱਧਾ ਕੁ ਤਾਂ ਸੱਚ ਹੈਗਾ ਹੀ ਆ ਵੀ ਅੱਧੀ ਕੁ ਐਕਟਿੰਗ ਮੈਂ ਕਰ ਲੈਂਦਾ ਤੇ ਐਕਟਿੰਗ ਪੂਰੀ ਕਰ ਲੈਂਦਾ ਜੀ। ਓਏ ਹੋਏ ਪਿਆਰ ਹੋ ਗਿਆ, ਓਏ ਹੋਏ ਪਿਆਰ ਹੋ ਗਿਆ, ਓਏ ਹੋਏ ਪਿਆਰ ਹੋ ਗਿਆ, ਓਏ ਹੋਏ ਪਿਆਰ ਹੋ ਗਿਆ। ਸੱਚੀ ਗੱਲ ਐਸੀ ਆਲ ਲੋਕੇਸ਼ਨ ਸ਼ੂਟ ਆਫ ਓਏ ਹੋਏ ਪਿਆਰ ਹੋ ਗਿਆ, ਜਲਦੀ ਇਹ ਫਿਲਮ ਰਿਲੀਜ਼ ਹੋਣ ਵਾਲੀ ਹੈ, ਉਮੀਦ ਕਰਦੇ ਹਾਂ ਸ਼ਹਿਰੀ ਭਾਜੀ ਦੀ ਇਹ ਨਵੀਂ ਲੁੱਕ ਅਤੇ ਸ਼ਹਿਰੀ ਭਾਜੀ ਦੇ ਡੈਬਿਊ ਕਰ ਰਿਹਾ ਫਿਲਮ, ਇਹ ਜ਼ਰੂਰ ਤੁਹਾਡੇ ਲੋਕਾਂ ਨੂੰ ਪਸੰਦ ਆਏਗੀ। ਕੈਮਰਾ ਪਰਸਨ ਦੀਪਕ ਹੰਸਪਾਲ ਦੇ ਨਾਲ ਮਨੀਸ਼ਪੁਰੀ ਪੀ ਟੀ ਸੀ ਨਿਊਜ਼। ਹਾਂਜੀ ਭਾਜੀ, ਬਸ ਬਸ ਹੁਣ ਕਰੋ ਇੱਥੇ ਬੰਦ ਕਰੋ ਸਾਰਾ ਕੁਛ, ਚੰਡੀਗੜ੍ਹ।